ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੇ ਚੈਨਲ ਨਾ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਨਾਲ ਹੀ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਅੱਜ ਆਪਾਂ ਕਰਾਂਗੇ ਪੰਜਾਬੀ ਦੀਆਂ ਅਗੋਸ਼ ਸੰਗੋਸ਼ ਅਲਪ ਪ੍ਰਾਂਤ ਤੇ ਮਹਾ ਪ੍ਰਾਂਤੂਨੀਆਂ ਬਾਰੇ ਗੱਲ ਕਰਾਂਗੇ ਜਿਹੜੀ ਇਗਜ਼ਾਮ ਦੇ ਪੁਆਇੰਟ ਆਫ਼ View ਤੋਂ ਕਾਫੀ ਇੰਪੋਰਟੈਂਟ ਹੈ ਉਮੀਦ ਕਰਦੀ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਵਿੱਚ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਪਹਿਲਾਂ ਆਪਾਂ ਪੰਜਾਬੀ ਧੁਨੀਆਂ ਦੀ ਵਰਗਵੰਡ ਬਾਰੇ ਗੱਲ ਕਰਦੇ ਹਾਂ ਕਿ ਉਚਾਰਨ ਸਥਾਨ ਦੇ ਆਧਾਰ ਤੇ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ ਜਾਂ ਉਚਾਰਨ ਢੰਗ ਦੇ ਪਹਿਲਾਂ ਇਹ ਉਚਾਰਨ ਸਥਾਨ ਪੰਜਾਬੀ ਧੁਨੀਆਂ ਨੂੰ ਉਚਾਰਨ ਸਥਾਨ ਦੇ ਆਧਾਰ ਤੇ ਜਿਹੜਾ ਹੈ 6 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ 6 ਭਾਗਾਂ ਵਿੱਚ ਕਿਹੜੇ-ਕਿਹੜੇ ਆ ਕੰਠੀ ਤਾਲਵੀ ਹੋਲਟ ਜੀਬੀ ਦੰਤੀ ਹੋਠੀ ਤੇ ਸੁਰਜੰਤਰੀ ਇਹ ਕਾਫੀ ਇੰਪੋਰਟੈਂਟ ਆ ਇਸ ਤਰ੍ਹਾਂ ਦਾ ਪ੍ਰਸ਼ਨ ਕਈ ਵਾਰੀ ਆਇਆ ਵੀ ਹੁੰਦਾ ਹੈ ਕਿ ਪੰਜਾਬੀ ਧੁਨੀਆਂ ਨੂੰ ਉਚਾਰਨ ਸਥਾਨ ਦੇ ਆਧਾਰ ਤੇ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਆ ਤਾਂ ਫਿਰ ਕਿੰਨੇ ਆ 6 ਤੇ ਕੰਠੀ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਆ ਕ ਕ ਖ ਖ ਗ ਗ ਤੇ ੰਗਾ ਉਸ ਤੋਂ ਬਾਅਦ ਤਾਲ ਵਿੱਚ ਚ ਚ ਛ ਜ ਜ ਤੇ ਨਈਆਂ ਸਸਾ ਪਰ ਬਿੰਦੀ ਤੇ ਜਈਆ ਫਿਰ ਹੈ ਉਲਟ ਜੀਬੀ ਉਲਟ ਜੀਬੀ ਵਿੱਚ ਟੈਂਕਾ ਠਠਾ ਡਡਾ ਨਾਣਾ ਲੱਲਾ ਪਰ ਬਿੰਦੀ ਤੇ ਡਾੜਾ ਦੰਤੀ ਵਿੱਚ ਤੱਤਾ ਥੱਥਾ ਦੱਦਾ ਨੰਨਾ ਲੱਲਾ ਰਾਰਾ ਸਸਾ ਹੋਠੀ ਵਿੱਚ ਆ ਜਾਂਦੀ ਆ ਪਪਾ ਫਫਾ ਬੱਬਾ ਤੇ ਮੰਮਾ ਤੇ ਵਉਵਾ ਸੁਰਜੰਤਰੀ ਵਿੱਚ ਹਾ ਹਾ ਇਹ ਸੀ ਉਚਾਰਨ ਸਥਾਨ ਦੇ ਆਧਾਰ ਤੇ ਫਿਰ ਅੱਗੇ ਹੈ ਉਚਾਰਨ ਢੰਗ ਉਚਾਰਨ ਢੰਗ ਮਤਲਬ ਜਿਹੜਾ ਧੁਨੀਆਂ ਦਾ ਉਚਾਰਨ ਕਿਸ ਢੰਗ ਨਾਲ ਕੀਤਾ ਜਾਂਦਾ ਹੈ ਇਸ ਆਧਾਰ ਤੇ ਜਿਹੜਾ ਧੁਨੀਆਂ 8 ਭਾਗਾਂ ਦੇ ਵਿੱਚ ਵੰਡ ਹੁੰਦੀ ਹੈ ਕਿਹੜੇ 8 ਭਾਗ ਪਹਿਲਾ ਹੈ ਡਕਵੇਂ ਪੰਜਾਬੀ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਧੁਨੀਆਂ ਨੇ ਉਹ ਕੀ ਆ ਡਕਵੇਂ ਵਿਅੰਜਨ ਨੇ ਇਹ ਵਾਲੇ ਤਿੰਨ ਪਹਿਲੇ ਤਿੰਨ ਤਿੰਨ ਅੱਖਰ ਜਿਹੜੇ ਆ ਇਹ ਹੈ ਡਕਵੇਂ ਵਿਅੰਜਨ ਤੇ ਟੋਟਲ ਇਹਨਾਂ ਦੀ ਗਿਣਤੀ ਕਿੰਨੀ ਆ 15 ਉਸ ਤੋਂ ਬਾਅਦ ਇਹ ਵਾਲੇ ਜਿਹੜੇ ਆ ਇਹ ਹੈਗੇ ਆ ਅਡਕਵੇਂ ਡਕਵੇਂ ਤੇ ਅਡਕਵੇਂ ਤੋਂ ਬਾਅਦ ਅੱਗੇ ਹੈ ਨਾਸਕੀ ਨਾਸਕੀ ਵਿਅੰਜਨ ਹੈਗੇ ਆ ਪੰਜ ਫਿਰ ਪਾਸੇਦਾਰ ਕਾਂਬਵਾਂ ਫਟਕਵਾਂ ਖੈਵੀ ਤੇ ਸਰਕਵੀ ਇਹ ਦੋਨੋਂ ਹੀ ਤੁਸੀਂ ਯਾਦ ਰੱਖਨੇ ਆ ਉਚਾਰਨ ਸਥਾਨ ਦੇ ਆਧਾਰ ਤੇ 6 ਤੇ ਉਚਾਰਨ ਟੰਗ ਦੇ 8 ਫਿਰ ਡਕਵੀ ਤੇ ਅਡਕਵੀ ਡਕਵੀ ਕਿੰਨੇ ਆ 15 ਬਾਕੀ ਸਾਰੇ ਕੀ ਆ ਅਡਕਵੀ ਡਕਵੀ ਵਿਅੰਜਨ ਕੀ ਹੁੰਦੇ ਆ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਨੂੰ ਰੋਕ ਕੇ ਰੋਕ ਕੇ ਇਕਦਮ ਛੱਡ ਦਿੱਤਾ ਜਾਂਦਾ ਉਹ ਕੀ ਹੋਗੇ ਡਕਵੀ ਵਿਯੰਜਨ ਤੇ ਇਹੀ ਅੱਗੇ ਸਾਹ ਦੀ ਮਿਕਦਾਰ ਦੇ ਆਧਾਰ ਤੇ ਹੀ ਅੱਗੇ ਇਹਨਾਂ ਨੂੰ ਨਾਦੀ ਅਲਪ ਪ੍ਰਾਨ ਜਾਂ ਨਾਦੀ ਮਹਾ ਪ੍ਰਾਨ ਨਾਦੀ ਅਲਪ ਪ੍ਰਾਨ ਦੇ ਵਿੱਚ ਵੰਡਿਆ ਜਾਂਦਾ ਹੈ ਤੇ ਇਹ ਕੀ ਹੁੰਦੇ ਆ ਨਾਦੀ ਅਲਪ ਪ੍ਰਾਨ ਜਾਂ ਅਨਾਦੀ ਮਹਾ ਪ੍ਰਾਨ ਇਹਨਾਂ ਬਾਰੇ ਆਪਾਂ ਅੱਗੇ ਗੱਲ ਕਰਦੇ ਆਂ ਅਗੋਸ਼ ਤੇ ਸੰਗੋਸ਼ ਨਾਦੀ ਤੇ ਅਨਾਦੀ ਵੀ ਕਹਿੰਦੇ ਆ ਅਗੋਸ਼ ਤੇ ਸੰਗੋਸ਼ ਵੀ ਉਚਾਰਨ ਲੈਜੀ ਦੀ ਆਧਾਰਤੀ ਪੰਜਾਬੀ ਧੁਨੀਆਂ ਨੂੰ ਦੋ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਿਹੜੇ ਦੋ ਵਰਗ ਸੰਗੋਸ਼ ਅਤੇ ਅਗੋਸ਼ ਧੁਨੀਆਂ ਅਲਪ ਪ੍ਰਾਨ ਅਤੇ ਮਹਾ ਪ੍ਰਾਨ ਧੁਨੀਆਂ ਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੋਸ਼ਤਾ ਦੇ ਪੱਖ ਤੋਂ ਧੁਨੀਆਂ ਦੇ ਦੋ ਭਾਗ ਆ ਜਿਹੜੇ ਸੰਗੋਸ਼ ਅਤੇ ਅਗੋਸ਼ ਪਹਿਲਾ ਸੰਗੋਸ਼ ਬਾਰੇ ਗੱਲ ਕਰਦੇ ਹਾਂ ਕਿ ਸੰਗੋਸ਼ ਵਿਅੰਜਨ ਕਿਹੜੇ ਹੁੰਦੇ ਆ ਜਿੰਨਾ ਵਿਅੰਜਨਾਂ ਦੇ ਉਚਾਰਨ ਵੇਲੇ ਸੁਰ ਤੰਦਾਂ ਵਿੱਚਲੀ ਵਿਤ ਘੱਟ ਹੋਵੇ ਅਤੇ ਸੁਰ ਤੰਦਾਂ ਵਿੱਚ ਕੰਬਣੀ ਪੈਦਾ ਹੋਵੇ ਉਹਨਾਂ ਵਿਅੰਜਨਾਂ ਨੂੰ ਕੀ ਕਹਿੰਦੇ ਆ ਸੰਗੋਸ਼ ਜਾਂ ਨਾਦੀ ਵਿਅੰਜਨ ਕਈ ਵਾਰੀ ਸੰਗੋਸ਼ ਲਿਖਿਆ ਹੁੰਦਾ ਹੈ ਕਈ ਵਾਰੀ ਨਾਦੀ ਇੱਕੋ ਹੀ ਹੁੰਦੇ ਆ ਇਹਨਾਂ ਵਿੱਚ ਉਲਝਣੀ ਜਾਨਾ ਤੇ ਜਿਹੜੇ ਸੰਗੋਸ਼ ਵਿਅੰਜਨ ਆ ਇਹ ਕਿੰਨੇ ਆ 5 ਕਿਹੜੇ ਕਿਹੜੇ 5 ਗੱਗਾ ਜਿੱਜਾ ਡੱਡਾ ਦੱਦਾ ਤੇ ਬੱਬਾ ਉਸ ਤੋਂ ਅੱਗੇ ਆਗੋਸ਼ ਵਿਅੰਜਨ ਜਿੰਨਾ ਧੁਨੀਆ ਦੀ ਉਚਾਰਨ ਵੇਲੇ ਸੁਰ ਤੰਦਾ ਵਿਚਲੀ ਵਿਤ ਵੱਧ ਹੁੰਦੀ ਹੈ ਤੇ ਕੰਬਣੀ ਪੈਦਾ ਨਹੀਂ ਹੁੰਦੀ ਇਹ ਕੀ ਆ ਵਾਇਸਲੈਸ ਹੁੰਦੇ ਆ ਉਹਨਾਂ ਨੂੰ ਆਗੋਸ਼ ਵਿਅੰਜਨ ਕਹਿੰਦੇ ਆ ਪੰਜਾਬੀ ਦੇ ਵਿੱਚ ਆਗੋਸ਼ ਵਿਅੰਜਨ ਆ 10 ਕਿਹੜੇ ਕਿਹੜੇ 10 ਆ ਟੈਂਕਾ ਠਠਾ ਪਪਾ ਫਫਾ ਚਚਾ ਛਛਾ ਕਕਾ ਖਖਾ ਤਤਾ ਅਤੇ ਥਥਾ ਇਹ ਕੀ ਹੋਗੇ ਅਗੋਸ਼ ਵਿਅੰਜਨ ਪਹਿਲਾ ਆਪਾਂ ਕੋਸ਼ਤਾ ਦੇ ਆਧਾਰ ਤੇ ਦੁਨੀਆਂ ਦੀ ਵਰਗਵੰਡ ਕੀਤੀ ਸੀ ਕਿਹੜੇ ਸੰਗੋਸ਼ ਤੇ ਅਗੋਸ਼ ਅੱਗੇ ਆ ਸਾਹ ਦੇ ਆਧਾਰ ਤੇ ਵਿਅੰਜਨਾਂ ਦੀ ਵੰਡ ਇਹਦੇ ਵਿੱਚ ਆ ਜਾਂਦੀ ਹੈ ਅਲਪ ਪ੍ਰਾਨ ਅਤੇ ਮਹਾ ਪ੍ਰਾਨ ਪਹਿਲਾਂ ਅਲਪ ਪ੍ਰਾਨ ਬਾਰੇ ਗੱਲ ਕਰਦੇ ਹਾਂ ਜਿੰਨਾ ਵਿਅੰਜਨਾਂ ਦੇ ਉਚਾਰਨ ਵਿੱਚ ਸਾਹ ਥੋੜੀ ਮਾਤਰਾ ਵਿੱਚ ਬਾਹਰ ਆਵੇ ਉਹਨਾਂ ਨੂੰ ਕੀ ਕਹਿੰਦੇ ਆ ਅਲਪ ਪ੍ਰਾਨ ਵਿਅੰਜਨ ਤੇ ਪਹਿਲੇ ਪੰਜ ਵਰਗਾਂ ਦੇ ਪਹਿਲੇ ਅਤੇ ਤੀਸਰੇ ਵਿਅੰਜਨ ਜਿਹੜੇ ਉਹ ਕੀ ਆ ਅਲਪ ਪ੍ਰਾਨ ਵਿਅੰਜਨ ਜਿਵੇਂ ਕ ਕ ਗੱਗਾ ਚਿਚਾ ਜਿਜਾ ਟੈਂਕਾ ਡੱਡਾ ਤੱਤਾ ਦੱਦਾ ਪੱਪਾ ਤੇ ਬੱਬਾ ਮਤਲਬ ਪਹਿਲੇ ਪੰਜ ਵਰਗਾਂ ਦੀ ਪਹਿਲਾ ਤੇ ਤੀਸਰਾ ਵਿਅੰਜਨ ਆ ਉਹ ਹੁੰਦੀ ਆ ਅਲਪ ਪ੍ਰਾਨ ਉਸ ਤੋਂ ਬਾਅਦ ਮਹਾ ਪ੍ਰਾਨ ਜਿੰਨਾ ਵਿਅੰਜਨਾਂ ਦੇ ਉਚਾਰਨ ਵਿੱਚ ਸਾਹ ਜ਼ਿਆਦਾ ਨਿਕਲੇ ਉਹਨਾਂ ਨੂੰ ਕੀ ਕਹਿੰਦੇ ਆ ਮਹਾ ਪ੍ਰਾਨ ਵਿਅੰਜਨ ਮਹਾ ਦਾ ਮਤਲਬ ਜ਼ਿਆਦਾ ਤੇ ਪ੍ਰਾਨ ਸਾ ਮਤਲਬ ਸਾਹ ਜ਼ਿਆਦਾ ਮਾਤਰਾ ਦੇ ਵਿੱਚ ਨਿਕਲਦਾ ਉਹ ਹੋਗੇ ਮਹਾ ਪ੍ਰਾਨ ਵਿਅੰਜਨ ਪਹਿਲੇ ਪੰਜ ਵਰਗਾਂ ਦੇ ਦੂਸਰੇ ਅਤੇ ਚੌਥੇ ਵਿਅੰਜਨ ਆ ਜਿਹੜੀ ਉਹ ਆ ਮਹਾ ਪ੍ਰਾਨ ਵਿਅੰਜਨ ਕਿਹੜੇ ਕਿਹੜੇ ਹੋਗੇ ਇਹਦੇ ਵਿੱਚ ਖਖਾ ਖੱਗਾ ਛਿਛਾ ਝਿਜਾ ਠੱਠਾ ਦੱਦਾ ਥੱਥਾ ਤੱਦਾ ਫੱਫਾ ਤੇ ਪੱਬਾ ਇਹ ਹੋਗੇ ਮਹਾ ਪ੍ਰਾਨ ਵਿੰਜਨ ਜੇ ਦੋਨਾਂ ਨੂੰ ਇਕੱਠੇ ਮਿਲਾ ਕੇ ਦੇਖੀ ਤਾਂ ਫਿਰ ਇਹ ਕੀ ਹੋਗੇ ਜਿਹੜੀ ਉੱਪਰਲੀ ਲਾਈਨ ਆ ਇਹ ਹੋਗੇ ਅਗੋਸ਼ ਅਲਪ ਪ੍ਰਾਨ ਤੇ ਹੇਠਾਂ ਵਾਲੀ ਲਾਈਨ ਜਿਹੜੀ ਆ ਇਹ ਕੀ ਹੋਗੀ ਸੰਗੋਸ਼ ਮਹਾ ਪ੍ਰਾਨ ਹਾਂ ਤੇ ਤੁਸੀਂ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ ਕਿ ਜਿਹੜੀਆਂ ਸੰਗੋਸ਼ ਮਹਾ ਪ੍ਰਾਨਤੂਣੀਆਂ ਨੇ ਆਵਲੀਆਂ ਇਹ ਕੀਆ ਸੁਰ ਦੇ ਵਿੱਚ ਬਦਲ ਜਾਂਦੀਆਂ ਨੇ ਤੇ ਇਹਨਾਂ ਦੀ ਅੱਜਕੱਲ ਵਰਤੋਂ ਸਿਰਫ ਲਿਖਤੀ ਰੂਪ ਵਿੱਚ ਤਾਂ ਹੈਗੀ ਆ ਪਰ ਵੈਸੇ ਕੀ ਇਹ ਸੁਰ ਦੇ ਵਿੱਚ ਬਦਲ ਜਾਂਦੀਆਂ ਜੇ ਐਵੇਂ ਪ੍ਰਸ਼ਨ ਆ ਜੇ ਨਾ ਪੰਜਾਬੀ ਦੀਆਂ ਕਿਹੜੀਆਂ ਧੁਨੀਆਂ ਸੁਰ ਦੇ ਵਿੱਚ ਪਰਵਰਤਿਤ ਹੋ ਜਾਂਦੀਆਂ ਤਾਂ ਫਿਰ ਇਹ ਆ ਸੰਗੋਸ਼ ਮਹਾਪ੍ਰਾਂਤ ਧੁਨੀਆਂ ਇਹ ਪੰਜੋਂ ਨੂੰ ਯਾਦ ਰੱਖ ਲਿਓ ਆਪਾਂ ਇੱਥੇ ਕਰਦੇ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਜਿਹੜੀ ਵਰਣਮਾਲਾ ਦੇ ਪੰਜ ਵਰਗ ਨਾ ਇਹਦੀ ਪਹਿਲੀ ਦੋ ਅੱਖਰ ਕੀ ਹੋਗੇ ਅਗੋਸ਼ ਬਸ ਐਵੇਂ ਹੀ ਯਾਦ ਰੱਖਣਾ ਕਿ ਵਰਣਮਾਲਾ ਦੇ ਵਿੱਚ ਜਿਹੜਾ ਐੜਾ ਪਹਿਲਾਂ ਆ ਜਾਂਦਾ ਸ ਸੇ ਤੋਂ ਤਾਂ ਪਹਿਲਾ ਪਹਿਲੇ ਦੋ ਕੀ ਹੋਗੇ ਦੂਸਰੇ ਨੰਬਰ ਤੇ ਆਉਂਦਾ ਤਾਂ ਪਹਿਲੇ ਦੋ ਅਗੋਸ਼ ਤੇ ਉਸ ਤੋਂ ਬਾਅਦ ਜਦੋਂ ਸਸਾ ਆਉਂਦਾ ਫਿਰ ਤੀਸਰੀ ਵਾਲਾ ਸੰਗੋਸ਼ ਪਹਿਲਾਂ ਤੁਸੀਂ ਅਗੋਸ਼ ਸੰਗੋਸ਼ ਨੂੰ ਯਾਦ ਕਰ ਲਿਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਲਪ ਪ੍ਰਾਣ ਅਤੇ ਮਾ ਪ੍ਰਾਣ ਪਹਿਲੇ ਦੋ ਅਗੋਸ਼ ਤੀਸਰਾ ਸੰਗੋਸ਼ ਫਿਰ ਅੱਗੇ ਜਿਹੜਾ ਦੂਸਰਾ ਵਰਗ ਹੈ ਨਾ ਇਹ ਕੀ ਹੋ ਸੀਗਾ ਮਹਾ ਪ੍ਰਾਨ ਦੂਸਰਾ ਤੇ ਚੌਥਾ ਇਹ ਹੋਗੇ ਮਹਾ ਪ੍ਰਾਨ ਤੇ ਜਿਹੜਾ ਪਹਿਲਾ ਤੇ ਤੀਸਰਾ ਇਹ ਸੀ ਅਲ ਪ੍ਰਾਨ ਪਹਿਲੇ ਦੋ ਪਹਿਲੇ ਦੋ ਸੀ ਅਗੋਸ਼ ਤੀਸਰਾ ਸੀ ਸੰਗੋਸ਼ ਫਿਰ ਪਹਿਲਾ ਦੂਸਰਾ ਤੇ ਚੌਥਾ ਮਹਾਪ੍ਰਾਨ ਪਹਿਲਾ ਤੇ ਤੀਸਰਾ ਅਲਪ ਪ੍ਰਾਨ ਬਸ ਜਿਦੋਂ ਵੀ ਇਸ ਤਰ੍ਹਾਂ ਦਾ ਪ੍ਰਸ਼ਨ ਆਵੇ ਤੁਸੀਂ ਵਰਣਮਾਲਾ ਦੇ ਇਹਨਾਂ ਅੱਖਰਾਂ ਨੂੰ ਯਾਦ ਕਰਕੇ ਤੁਸੀਂ ਸੌਖੇ ਤਰੀਕੇ ਨਾਲ ਕਰ ਸਕਦੇ ਹੋ ਉਮੀਦ ਕਰਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਥੈਂਕ ਯੂ